ਹੈਲੋ ਗਾਇਸ ਵੈਲਕਮ ਟੂ ਮਾਈ ਚੈਨਲ ਅੱਜ ਅਸੀਂ ਲੇਡੀਜ਼ ਕੋਟੀ ਦਾ ਬਹੁਤ ਹੀ ਬਿਊਟੀਫੁਲ ਡਿਜ਼ਾਈਨ ਬਣਾਵਾਂਗੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੁੰਦਰ ਬਹੁਤ ਜਲਦੀ ਬਣ ਜਾਂਦਾ 11 11 ਫੰਦੇ ਦਾ ਡਿਜ਼ਾਈਨ ਹੈ ਇਹ ਜੋ 24 ਫੰਦੇ ਫਾਲੇ ਹਨ ਚਲੋ ਸਟਾਰਟ ਕਰਦੇ ਆ ਬਿਨਾ ਬੁਣਿਆ ਉਤਾਰੋ ਪਹਿਲਾ ਫੰਦਾ ਧਾਗਾ ਆਪਣੀ ਸਾਈਡ ਕਰਕੇ ਦੋ ਫੰਦੇ ਉਲਟੇ ਧਾਗਾ ਦੂਸਰੀ ਸਾਈਡ ਦੋ ਦਾ ਇੱਕ ਬਣਾਣਾ ਸਿੱਧੀ ਸਾਈਡ ਤੋਂ ਇੱਕ ਫੰਦਾ ਸਿੱਧਾ ਜਾਲੀ ਪਾਓ ਫਿਰ ਜਾਲੀ ਇੱਕ ਫੰਦਾ ਸਿੱਧਾ ਕਰਕੇ ਪਿਛਲੀ ਸਾਈਡ ਤੋਂ ਦੋ ਦਾ ਇੱਕ ਬਣਾਓ ਇਹ ਦੇਖੋ ਦੋ ਦਾ ਇੱਕ ਬਣਾਇਆ ਫਿਰ ਧੱਕ ਆਪਣੀ ਸਾਈਡ ਕਰਕੇ ਚਾਰ ਫੰਦੇ ਉਲਟੇ ਦੋ ਤਿੰਨ ਚਾਰ ਚਾਰ ਫੰਦੇ ਉਲਟੇ ਧਾਗਾ ਦੂਸਰੀ ਸਾਈਡ ਤੋਂ ਦੋ ਦਾ ਇੱਕ ਬਣਾਣਾ ਸਿੱਧੀ ਸਾਈਡ ਤੋਂ ਇੱਕ ਫੰਦਾ ਸਿੱਧਾ ਫਿਰ ਜਾਲੀ ਫਿਰ ਜਾਲੀ ਪਾਓ ਫਿਰ ਇੱਕ ਫੰਦਾ ਸਿੱਧਾ ਫਿਰ ਸਿੱਧਾ ਫੰਦਾ ਕਰਕੇ ਪਿਛਲੀ ਸਾਈਡ ਤੋਂ ਦੋ ਦਾ ਇੱਕ ਬਣਾਣਾ ਆਪਣੀ ਸਾਈਡ ਧਾਗਾ ਕਰਕੇ ਦੋ ਫੰਦੇ ਉਲਟੇ ਤਾਰਗਾ ਦੂਸਰੀ ਸਾਈਡ ਲਾਸਟ ਵਾਲਾ ਸਿੱਧਾ ਅੱਗੇ ਸੈਕੰਡ ਰੋ ਨੂੰ ਅਸੀਂ ਉਲਟੀ ਸਲਾਈ ਬਿਨਾ ਬੁਨੇਆ ਤਾਰੋ ਤਾਰਗਾ ਦੂਸਰੀ ਸਾਈਡ ਕਰਕੇ ਦੋ ਸਿੱਧੇ ਤਾਰਗਾ ਆਪਣੀ ਸਾਈਡ ਜੋ 1 2 3 4 5 6 साथ, साथ फंदे उल्टे धागा दूसरी साइड चार फंदे सीधे चार फंदे सीधे देखो रिपीट करो बिना बुने तारो दो फंदे सीधे एक दो तीन चार सात सात फंदे उल्टे फिर चार फंदे सीधे इसी तरह ધા આપણી સાઈડ ફે સત ઉલ્ટે દો તજ છત ફે ઉલ્ટે ધા દૂસરી સાડ દો ફંધ સીધે ધા આપણી સાઈડ લાસ્ટ વા ઉલ્ટા આગે થર્લ્ડ રોનું અસિં સીધી સલાઈ ਬਿਨਾਂ ਬੁਣਿਆ ਤਾਰੋ ਪਹਿਲਾ ਫੰਦਾ ਧਾਗਾ ਆਪਣੀ ਸਾਈਡ ਕਰਕੇ ਇੱਕ ਫੰਦਾ ਉਲਟਾ ਧਾਗਾ ਦੂਸਰੀ ਸਾਈਡ ਦੋ ਦਾ ਇੱਕ ਬਣਾਣਾ ਇੱਕ ਉਲਟਾ ਲੈਣਾ ਤੁਸੀਂ ਇੱਕ ਸਿੱਧਾ ਇੱਕ ਉਲਟਾ ਦੋ ਦਾ ਇੱਕ ਬਣਾਓ ਫਿਰ ਇੱਕ ਫੰਦਾ ਦੂਸਰਾ ਦੋ ਫੰਦੇ ਸਿੱਧੇ ਫਿਰ ਜਾਲੀ ਜਾਲੀ ਪਾਣੀ ਫਿਰ ਜਾਲੀ ਪਾਓ ਇੱਕ दो फंदे सीधे फिर उल्टा उल्टा फंदा और सीधा फंदा दो पिछली साइड तो तीन एक बनाना फंदा सीधा करके पिछली साइड तो दो दा एक बनाओ धागा अपनी साइड करके दो उल्टे धागा दूसरी साइड उल्टा और सीधा दोनों का सीधी साइड तो दो दा एक बनाओ एक दो दो सीधे फिर जाली पानी एक फिर जाली पाओ एक दो सीधे उल्टा और सीधा का पिछली साइड तो दो का एक बनाना फंदा सीधा करके अपनी साइड धागा करके एक उल्टा धागा दूसरी साइड लास्ट वाला सीधा आ फोर्थ रो न उल्टी सिलाई बिना बुने उ उतारो पहला फंदा धागा दूसरी साइड करके देखो ये सीधा है सीधा बुनना असी धागा अपनी साइड करके एक, दो तीन चार पाँच छत अठ नौ नौ फंदे उल्टे फिर दो फंदे सीधे नौ फंदे उल्टे एक फंदा सीधा साइड वाला इसी तरह तीसरी पिछली सिलाई पूरी रिपीट करनी ਆ ਗਿਆ ਸੀ ਸਿੱਧੀ ਸਲਾਈਨ ਫਿਫਥ ਰੋ ਬਿਨ ਬੁਨੇ ਹਟਾਰੋ ਧਾਗਾ ਆਪਣੀ ਸਾਈਡ ਕਰਕੇ ਇੱਕ ਉਲਟਾ ਧਾਗਾ ਦੂਸਰੀ ਸਾਈਡ ਇੱਕ ਦੋ ਦੇਖੋ ਦੋ ਸਿੱਧੇ ਦੋ ਸਿੱਧੇ ਇਹ ਦੋ ਦਾ ਇੱਕ ਬਣਾਉਣਾ ਸੀ ਜਾਲੀ ਵਾਲਾ ਫੰਦਾ ਔਰ ਇਹ ਫੰਦਾ ਦੋਨਾਂ ਦਾ ਇੱਕ ਬਣਾਉਣਾ ਸਿੱਧੀ ਸਾਈਡ ਤੋਂ ਫਿਰ ਜਾਲੀ ਵਿਚਵਾਲਾ ਗੱਵਲਾ ਹੁੰਦਾ ਜਿਹੜਾ ਇਹਦੇ ਨਾਲ ਤੁਸੀਂ ਜਾਲੀ ਪਾਣੀ ਫਿਰ ਜਾਲੀ ਇਹ ਜਾਲੀ ਵਾਲਾ ਫੰਦਾ ਹੋਰ ਇਹ ਫੰਦਾ ਦੋਨਾਂ ਦਾ ਇੱਕ ਬਣਾਣਾ ਪਿਛਲੀ ਸਾਈਡ ਤੋਂ ਸਿੱਧਾ ਕਰਕੇ ਪਿਛਲੀ ਸਾਈਡ ਤੇ ਤੁਸੀਂ ਦੋ ਦਾ ਇੱਕ ਬਣਾਣਾ ਫਿਰ ਇੱਕ ਦੋ ਫੰਦੇ ਸਿੱਧੇ ਧੱਗਾ ਆਪਣੀ ਸਾਈਡ ਦੋ ਫੰਦੇ ਉਲਟੇ ਫਿਰ ਧੱਗਾ ਦੂਸਰੀ ਸਾਈਡ ਫਿਰ ਇਸ ਤਰ੍ਹਾਂ ਇੱਕ ਦੋ ਫੰਦੇ ਸਿੱਧੇ ਜਾਲੀ ਵਾਲਾ ਔਰ ਇਹ ਫੰਦਾ ਜਾਲੀ ਵਾਲਾ ਔਰ ਉਸ ਤੇ ਅੱਗੇ ਜਿਹੜਾ ਫੰਦਾ ਦੋਨਾਂ ਦਾ ਇੱਕ ਬਣਾਉਣਾ ਫਰੰਟ ਸਾਈਡ ਤੋਂ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਫਿਰ ਜਾਲੀ ਇੱਕ ਫਿਰ ਜਾਲੀ ਪਾਓ ਇਹ ਦੇਖੋ ਸਿੱਧਾ ਕਰਕੇ ਫੰਦਾ ਜਾਲੀ ਵਾਲਾ ਫੰਦਾ ਔਰ ਦੂਸਰਾ ਫੰਦਾ ਦੋਨਾਂ ਦਾ ਇੱਕ ਬਣਾਉਣਾ ਫਿਰ ਦੋ ਸਿੱਧੇ ਧਾਗਾ ਆਪਣੀ ਸਾਈਡ ਕਰਕੇ ਇੱਕ ਉਲਟਾ ਧਾਗਾ ਦੂਸਰੀ ਸਾਈਡ ਸਿੱਧਾ ਆ ਗਏ 6th ਰੋ ਨੂੰ ਉਲਟੀ ਸਲਾਈ ਬਿਨਾ ਬੁਣਿਆ ਤਾਰੋ ਧਾਗਾ ਦੂਸਰੀ ਸਾਈਡ ਕਰਕੇ ਇੱਕ ਸਿੱਧਾ ਫੰਦਾ ਆ ਗਿਆ ਇੱਕ ਸਿੱਧਾ ਧਾਗਾ ਆਪਣੀ ਸਾਈਡ ਇੱਕ ਫੰਦਾ ਸਿੱਧਾ 2 4 6 8 9 ਫੰਦੇ ਉਲਟੇ ਇੱਕ ਫੰਦਾ ਸਿੱਧਾ 9 ਫੰਦੇ ਉਲਟੇ 2 ਫੰਦੇ ਫਿਰ ਸਿੱਧੇ 9 ਫੰਦੇ ਉਲਟੇ ਇੱਕ ਫੰਦਾ ਸਿੱਧਾ ਇਸੇ ਤਰ੍ਹਾਂ ਤੁਸੀਂ ਪਿਛਲੀ ਸਲਾਈ ਸਾਰੇ ਕੰਪਲੀਟ ਕਰਨੇ ਆ ਗਿਆ 7ਵਾਂ ਰੋ ਨੂੰ ਸਿੱਧੀ ਸਲਾਈ ਸਾਡੀ ਬਿਨਾ ਬੁਣਿਆ ਤਾਰੋ ਧਾਗਾ ਆਪਣੀ ਸਾਈਡ ਕਰਕੇ ਇੱਕ ਫੰਦਾ ਉਲਟਾ ਧਾਗਾ ਦੂਸਰੀ ਸਾਈਡ ਇੱਕ ਸਿੱਧਾ ਫਿਰ ਇਹ ਦੋ ਦਾ ਇੱਕ ਬਣਾਣਾ ਸਿੱਧੀ ਸਾਈਡ ਤੋਂ ਦੋ ਦਾ ਇੱਕ ਬਣਾ ਲਿਆ ਫਿਰ ਜਾਲੀ ਪਾਣੀ ਇੱਕ ਦੋ ਤਿੰਨ ਸਿੱਧੇ ਫਿਰ ਜਾਲੀ ਫਿਰ ਸਿੱਧਾ ਫੰਦਾ ਕਰਕੇ ਦੂਜੀ ਸਾਈਡ ਪਿਛਲੀ ਸਾਈਡ ਤੋਂ ਦੋ ਦਾ ਇੱਕ ਬਣਾਣਾ ਫਿਰ ਇੱਕ ਸਿੱਧਾ ਧਾਗਾ ਆਪਣੀ ਸਾਈਡ ਦੋ ਉਲਟੇ ਧਾਗਾ ਦੂਜੀ ਸਾਈਡ ਇੱਕ ਸਿੱਧਾ ਦੋ ਦਾ ਇੱਕ ਬਣਾਣਾ ਸਿੱਧੀ ਸਾਈਡ ਤੋਂ ਫਿਰ ਜਾਲੀ ਇਹ ਦੇਖੋ ਇਹ ਇੱਕ ਤਿੰਨ ਤਿੰਨ ਫੰਦੇ ਜਿਹੜੇ ਹੈ ਗੱਬਲੇ ਇਹ ਤਿੰਨ ਸਿੱਧੇ ਬਾਣੇ ਤੁਸੀਂ ਇੱਕ ਸਿੱਧਾ ਦੋ ਸਾਈਡਾਂ ਵਾਲੇ ਇੱਕ ਦੋ ਤਿੰਨ ਫੰਦੇ ਸਿੱਧੇ ਫਿਰ ਤੁਸੀਂ ਇਹ ਸਿੱਧਾ ਕਰਕੇ ਫੰਦਾ ਇਹਦੇ ਉੱਪਰ ਜਾਲੀ ਪਾਓ ਔਰ ਪਿੱਛੇ ਤੇ ਪਿਛਲੀ ਸਾਈਡ ਤੋਂ ਤੁਸੀਂ ਦੋ ਦਾ ਇੱਕ ਬਣਾਤਾ ਔਰ ਇੱਕ ਸਿੱਧਾ ਧਾਗਾ ਆਪਣੀ ਸਾਈਡ ਉਲਟਾ ਧਾਗਾ ਦੂਜੀ ਸਾਈਡ ਲਾਸਟ ਵਾਲਾ ਸਿੱਧਾ ਆ ਗਿਆ ਥਰਡ ਰੋ ਨੂੰ ਸੋਰੀ ਆ ਗਿਆ ਏਥਰੋ ਨੂੰ ਉਲਟੀ ਸਲਾਈ ਪਹਿਲਾ ਫੰਦਾ ਬਿਨਾ ਬੁਨੇ ਉਤਾਰੋ ਇੱਕ ਫੰਦਾ ਸਿੱਧਾ ਧਾਗਾ ਆਪਣੀ ਸਾਈਡ ਸਿੱਧਿਆਂ ਪਰ ਸਿੱਧੇ ਉਲਟਿਆਂ ਪਰ ਉਲਟੇ ਪਾ ਕੇ ਪੂਰੀ ਸਲਾਈ ਕੰਪਲੀਟ ਕਰ ਲੈਣੀ ਹਾਗੇ ਨਾਲ ਥਰੋ ਨੂੰ ਸਿੱਧੀ ਸਲਾਈ ਬਿਨਾ ਬੁਣਿਆ ਤਾਰੋ ਪਹਿਲਾ ਫੰਦਾ ਧਾਗਾ ਆਪਣੀ ਸਾਈਡ ਕਰਕੇ ਇੱਕ ਫੰਦਾ ਉਲਟਾ ਧਾਗਾ ਦੂਸਰੀ ਸਾਈਡ ਕੋਈ ਦੋ ਦਾ ਇੱਕ ਬਣਾਉਣਾ ਕੋਰਨਰ ਤੇ ਦੋ ਦਾ ਇੱਕ ਬਣਾਉਣਾ ਫਿਰ ਜਾਲੀ 1 2 3 4 5 ਫੰਦੇ ਸਿੱਧੇ ਫਿਰ ਜਾਲੇ ਫਿਰ ਸਿੱਧਾ ਫੰਦਾ ਕਰਕੇ ਦੋ ਦਾ ਇੱਕ ਬਣਾਉਣਾ ਪਿਛਲੀ ਸਾਈਡ ਤੋਂ ਧਾਗਾ ਆਪਣੀ ਸਾਈਡ ਦੋ ਉਲਟੇ ਫਿਰ ਧਾਗਾ ਦੂਸਰੀ ਸਾਈਡ ਦੋ ਦਾ ਇੱਕ ਬਣਾਉਣਾ ਸਿੱਧੀ ਸਾਈਡ ਤੋਂ ਫਿਰ ਜਾਲੇ ਪਾਣੀ 1 2 3 4 5 ਫੰਦੇ ਸਿੱਤੇ ਫਿਰ ਜਾਲੇ ਫਿਰ ਲਾਸਟ ਵਾਲਾ ਸਿੱਧਾ ਫੰਦਾ ਕਰਕੇ ਲਾਸਟ ਵਾਲਾ ਪਿਛਲੀ ਸਾਈਡ ਤੋਂ ਦੋ ਦਾ ਇੱਕ ਬਣਾਉਣਾ ਧਾਗਾ ਆਪਣੀ ਸਾਈਡ ਕਰਕੇ ਇੱਕ ਉਲਟਾ ਧਾਗਾ ਦੂਜੀ ਸਾਈਡ ਲਾਸਟ ਵਾਲਾ ਸਿੱਧਾ ਆਗੇ 10th ਰੋ ਨੂੰ ਬੈਕ ਸਲਾਈਡ ਆਗੇ 10th ਰੋ ਨੂੰ ਉਲਟੀ ਸਲਾਈ ਬਿਨਾ ਬੁਣਾਵਤਾਰੋ ਪਹਿਲਾ ਫੰਦਾ ਧਾਗਾ ਦੂਜੀ ਸਾਈਡ ਕਰਕੇ ਇੱਕ ਫੰਦਾ ਸਿੱਧਾ ਧਾਗਾ ਆਪਣੀ ਸਾਈਡ ਉਲਟੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਫੰਦੇ ਉਲਟੇ ਨੌ ਫੰਦੇ ਉਲਟੇ ਧਾਗਾ ਦੂਸਰੀ ਸਾਈਡ ਦੋ ਫੰਦੇ ਸਿੱਧੇ ਧਾਗਾ ਆਪਣੀ ਸਾਈਡ ਨੌ ਫੰਦੇ ਉਲਟੇ ਸਾਡਾ ਡਿਜ਼ਾਈਨ ਕੰਪਲੀਟ ਹੋ ਗਿਆ ਬਹੁਤ ਹੀ ਫਾਇਰਾ ਡਿਜ਼ਾਈਨ ਲੱਗਦਾ ਬੜੀ ਜਲਦੀ ਬਣ ਜਾਂਦਾ ਹੈ ਬਹੁਤ ਹੀ ਫਾਇਰਾ ਲੱਗਦਾ ਔਰ ਬੜੀ ਜਲਦੀ ਬਣ ਜਾਂਦਾ ਹੈ ਲਾਸਟ ਵਿੱਚ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆਂ ਅਗਲੀ ਵੀਡੀਓ ਇਸ ਥੈਂਕ ਯੂ